ਉੱਥੇ ਦੀ ਜਗ੍ਹਾ ਮੋਗੀ ਮੇਰੇ ਹੱਥੇ ਪਾ ਦਿਓ ਬਸ ਓਕੇ ਹੋ ਗਈ ਉੱਥੇ ਤੇ ਮੈਂ ਕਿਹਾ ਮੋਗੀ ਮੇਰੇ ਹੱਥੇ ਪਾਈ ਜਾਓ ਨਹੀਂ ਉਹਨਾਂ ਨੇ ਪਾਈ ਜਾਣੇ ਨਹੀਂ ਉਹ ਸਾਈਡਾਂ ਤੇ ਪੱਕ ਰਹੇ ਹੁੰਦੇ ਨੇ ਨਾ ਹਾਜੀ ਪਕੌੜੇ ਬਹੁਤ ਆਲਾ ਬਣਾ ਰਿਹਾ ਜੀ ਮਾਸ਼ਾਅੱਲਾ ਵਧੀਆ ਨੇ ਇਹ ਹੁਣ ਹਾਜੀ ਨੇ ਪਾਏ ਨੇ ਨਾਲੇ ਹੁਣ ਹਾਜੀ ਸਾਹਿਬ ਆਪਣੇ ਮੂੰਹ ਨਾਲ ਕੱਢਣਗੇ ਇੱਕ ਪਕੌੜਾ ਉਹ ਮੈਂ ਪੁੱਤਰ ਤੈਨੂੰ ਇੱਥੋਂ ਆਪਣੇ ਹੱਥਾਂ ਨਾਲ ਕੱਢਾਂਗਾ ਅੱਛਾ ਜੀ ਇਹ ਪਕੌੜੇ ਤੁਸੀਂ ਪਾਏ ਨੇ ਇਹ ਹੁਣ ਪਲਟਾਈਏ ਇਹਨਾਂ ਨੇ ਇਹ ਆਂਡਾ ਜਿਹਾ ਕਿਹਨੇ ਪਾਇਆ ਆਂਡਾ ਨਹੀਂ ਬਤਾਊ ਯਾਰ ਆਂਡਾ ਬਤਾਊ ਮੇਰੇ ਵੱਲ ਕਿਉਂ ਆਏ ਕਿਉਂਕਿ ਤੈਨੂੰ ਅਸਲ 'ਚ ਬਤਾਊ